अज भी दोबारा मैं तुहानू बेनती कर देना कि धामी साहब थोड़ी देर बाद चौथी बार श्रोमणी गुरद्वारा प्रबंधक कमेटी के बड़ी वड्डी लीड लैके तो फिर जिहड़ा बड़िया कोशिशां हो रही और सोशल मीडिया के जाली जिहड़ियां इंटैलीजेंस दीआं रिपोर्टां बना के ते किसे तरीके प्रभावित किया जा सके जाली रिपोर्टां बना के थले सरकारी फाइल रख के भी पता लगे कि फाइल भी सरकारी है उत्ते हाईलाइटर रख के कि पता लगे कि दफ्तर की फोटो है फाइल दे विच एक कागज कट के कि जिते मोहर सरकार की है उन्होंने इन्ना नहीं पता कि जालसाजी असल तो बिना नहीं हो सकती ते जिहड़ियां एक पासे सीक्रेट लिख रहे ते एक पासे ईमेल लिख रहे एक कापियां कीतियां जा रही इंटैलीजेंस रिपोर्टां दियां ओएसडी टू सीएम एजीपी इंटैलीजेंस असि भी सरकार च भराओ नंबर संभाल रहे हां किसकी शरारत किसकी है जी डॉक्टर जी ए आ जिन्ना दा दा नहीं लगना जी ओदे ते कुछ लिखा ते है नहीं है जी ओदे सीक्रेट कागज लिखे है दूजे नु इंटैलीजेंस दे रिपोर्ट इदा हुंदी है तुसी भी सियाणे जी जी बिल्कुल ਤੇ ਓਐਸਟੀ ਜਿਹੜੇ ਸੀਐਮ ਦੇ ਆ ਉਹਨਾਂ ਨੂੰ ਜਾਂਦੇ ਹੁੰਦੇ ਕਾਪੀਆਂ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਇਹਦਾ ਈਮੇਲਾਂ ਤੇ ਘੁੰਮਦੀਆਂ ਹੁੰਦੀਆਂ ਫਿਰ ਗੁਪਤ ਜਾਣਕਾਰੀ ਦੋਸ਼ ਲਾ ਕੇ ਸੀ ਕਾਲੀ ਦਾ ਕੋਈ ਕਿ ਮੈਂਬਰਾਂ ਦੀ ਰਾਹ ਬਣਾ ਗਿਆ ਜਾਂ ਇਹ ਹੈ ਕਿ ਇਹਨੇ ਕੋਈ ਤਾਂ ਸਚਾਈ ਹੈ ਕਿ ਸੰਗਤ ਵਿੱਚ ਜਾਣਾ ਹੈ ਤੇ ਧੋਖਾ ਕਰਨਾ ਮੈਂਬਰਾਂ ਦੇ ਨਾਲ ਤੇ ਜੇ ਨੀਅਤ ਹੀ ਧੋਖੇ ਦੇ ਵਿੱਚ ਫਸੀ ਹੈ ਉਦੋਂ ਗੁਰੂ ਮਹਾਰਾਜ ਜੀ ਕੇ ਅਰਦਾਸ ਕਰੋ ਕਿ ਮੈਂਬਰ ਤੁਹਾਨੂੰ ਰਾਜੀ ਕਰ ਲਓ ਦੋਸ਼ ਲਾ ਗਿਆ ਸੀ ਮੈਂਬਰਾਂ ਤੇ ਦਬਾਅ ਬਣਾਉਣ ਦਾ ਲਾਲਚ ਦੇਣ ਦਾ ਕੀ ਲੱਗਦਾ ਹੁਣ ਚੱਲੇ ਕੰਮ ਨਹੀਂ ਆਏ ਮੈਂ ਕਿਹਾ ਮੈਂਬਰਾਂ ਨੇ ਤਾਂ ਦਬਾਅ ਚੱਲਿਆ ਨਹੀਂ ਹੁਣ ਮੈਂਬਰਾਂ ਨੂੰ ਗੁੰਮਰਾਹ ਕਰਨ ਵਾਲਾ ਫੇਜ ਆ ਗਿਆ ਉਹ ਜਿਹੜਾ ਲਾਲਚ ਦੇਣ ਵਾਲਾ ਸੀ ਜਿਹੜਾ ਗੱਲਾਂ ਸੋਜਬਾਗ ਦਿਖਾਉਣ ਵਾਲਾ ਸੀ ਉਹ ਤੇ ਕੱਲ ਦੀ ਮੀਟਿੰਗ ਤੋਂ ਬਾਅਦ ਖਤਮ ਹੋ ਗਿਆ ਕਿਉਂਕਿ ਮੈਂਬਰ ਹੀ ਕੱਲ ਮੀਟਿੰਗ ਦੇ ਵਿੱਚ ਹਾਜ਼ਰੀ ਐਡੀ ਵੱਡੀ ਹੋ ਗਈ ਜਦੋਂ ਹਾਜ਼ਰੀ 100 ਨੂੰ ਟੱਪ ਗਈ ਤੇ ਉਹ ਕੰਮ ਤਾਂ ਖਤਮ ਹੋ ਗਿਆ ਹੁਣ ਅਗਲਾ ਹੈਗਾ ਕਿ ਹੁਣ ਜਾਲਸਾਜੀ ਸ਼ੁਰੂ ਹੋ ਗਈ ਵੀ ਕਿਸੇ ਤਰੀਕੇ ਪਰਦਾ ਪਾਓ ਕਿ ਸਰਕਾਰੀ ਰਿਪੋਰਟਾਂ ਕਹਿੰਦੀਆਂ ਇਹ ਕਦੀ ਵੀ ਇਹ ਗੁਰੂ ਰਾਮਦਾਸ ਦਾ ਦਰ ਹੈ ਇਹ ਸਰਕਾਰਾਂ ਦੇ ਇੰਟੈਲੀਜੈਂਸੀਆਂ ਦੇ ਕਹਿਣ ਤੇ ਨਹੀਂ ਚੱਲਿਆ ਇਹ ਮੈਂਬਰ ਸਾਡੇ ਸਿਆਣੇ ਆ ਮੈਂਬਰ ਤਗੜੇ ਹੋ ਕੇ ਜਿਹੜੀ ਸਾਡੀ ਕਾਰਗੁਜ਼ਾਰੀ ਹੈ ਉਹ ਧਾਮੀ ਸਾਹਿਬ ਦੀ ਉਹਨੂੰ ਦੇਖ ਕੇ ਤੇ ਅੱਜ ਉਹਨਾਂ ਨੂੰ ਜਿਹੜਾ ਅਗਲੀ ਵਾਰੀ ਪ੍ਰਧਾਨ ਬਣਾਉਣਗੇ ਇਸ ਕਰਕੇ ਜਿਹੜੇ ਸੱਜਣ ਜਾਲਸਾਜੀ ਕਰ ਰਹੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਤੋਂ ਗਰੇਜ਼ ਕਰੋ ਬੀਬੀ ਜਗੀਰ ਕੌਰ ਨੇ ਤੁਹਾਡੇ ਦੋਸ਼ ਲਾਇਆ ਕਿ ਤੁਸੀਂ ਗੁਰੂ ਰਾਮਦਾਸ ਦੇ ਦਾਦਿਆਂ ਕੇ ਝੂਠ ਬੋਲ ਰਹੇ ਹੋ ਕੱਲ ਦੀ ਮੀਟਿੰਗ ਚ ਕਹਿੰਦੇ ਜੀ 55 ਮੈਂਬਰ ਆਏ ਸੀ ਚਲੋ ਅੱਜ ਦੀ ਮੀਟਿੰਗ ਤਾਂ ਜਿਹੜੀ ਆ ਗੁਰੂ ਮਹਾਰਾਜ ਦੀ ਹਜ਼ੂਰੀ ਚ ਆ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਚ ਹੈ ਇਹ ਸਾਰਾ ਹੀ ਸਥਾਨ ਜਿਹੜਾ ਇਹ ਗੁਰੂ ਰਾਮਦਾਸ ਦਾ ਜਿਹੜਾ ਪਵਿੱਤਰ ਸਥਾਨ ਹੈ ਕਿੰਨੇ ਝੂਠ ਬੋਲਿਆ ਸੀ ਤੇ ਕਿੰਨੇ ਨਹੀਂ ਬੋਲਿਆ ਸੀ ਕਿਮਾ ਸਾਹਿਬ ਇੱਕ ਆਖਰੀ ਸਵਾਲ ਹੈ ਦਾਵਾ 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 ਤਾਂ ਉਧਰੋਂ ਵੀ ਹੋਇਆ ਹੀ ਸੀ ਤੁਸੀਂ ਰਾਜਨੀਤਿਕ ਪਾਰਟੀ ਸਪੋਰਟ ਦਾ ਜਿਹੜਾ ਇਲਜ਼ਾਮ ਲਾ ਰਹੇ ਹੋ ਨਾ ਬੀਬੀ ਦੇ ਕਿ ਉਹਦਾ ਫਾਇਦਾ ਹੋਏਗਾ ਨੁਕਸਾਨ ਹੋਏਗਾ ਬੀਬੀ ਜੀ ਨੂੰ ਮੈਂ ਤੇ ਕਿਹਾ ਨਾ ਵੀ ਜੋ ਮਰਜ਼ੀ ਸੀ ਉਹਨਾਂ ਨੇ ਸਾਰਾ ਕੁਝ ਵਰਤ ਕੇ ਦੇ ਪਰ ਇਹ ਜਿਹੜੇ ਸਾਡੇ ਮੈਂਬਰ ਨੇ ਇਹ ਗੁਰੂ ਦੇ ਲੜ ਲੱਗੇ ਹੋਏ ਮੈਂਬਰ ਨੇ ਗੁਰੂ ਦੇ ਭੈ ਵਿੱਚ ਰਹਿਣ ਵਾਲੇ ਮੈਂਬਰ ਨੇ ਆਪਣੀ ਜ਼ਿੰਮੇਵਾਰੀ ਸਮਝਣ ਵਾਲੇ ਮੈਂਬਰ ਨੇ ਇਹ ਇਦਾਂ ਦੀਆਂ ਜਿਹੜੀਆਂ ਜਥੇਬੰਦੀਆਂ ਚਾਹੇ ਬੀਜੇਪੀ ਹੈ ਚਾਹੇ ਆਰਐਸਐਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਇਹ ਆਪਣੀ ਜ਼ਿੰਮੇਵਾਰੀ ਸਮਝਦੇ ਆ ਇਹ ਉਹਨਾਂ ਦੇ ਨਾ ਦਬਾਅ ਥੱਲੇ ਆਉਂਦੇ ਆ ਨਾ ਭੈ ਥੱਲੇ ਆਉਂਦੇ ਆ ਕਿਤੇ ਨੁਕਸਾਨ ਹੋ ਸਕਦਾ ਮੀਰਮ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜਿੱਦਰ ਨੇ ਇੱਕ ਬੀਬੀ ਤੇ ਵੱਡਾ ਦੋਸ਼ ਲਾਇਆ ਕਿ ਉਹ ਸਪਸ਼ਟ ਕਰਨ ਨੂੰ ਅਕਾਲੀ ਦਲ ਸੁਧਾਰ ਲਹਿਰ ਦੇ ਉਮੀਦਵਾਰ ਨੇ ਜਾਂ ਆਰਐਸਐਸ ਦੇ ਉਮੀਦਵਾਰ ਨੇ ਇਹ ਤਾਂ ਫਿਰ ਬੀਬੀ ਜੀ ਸਪਸ਼ਟ ਕਰ ਸਕਦੇ ਨਾ ਉਹਨਾਂ ਨੂੰ ਤੁਸੀਂ ਪੁੱਛੋ जाली सर्वे करा करा के कई उम्मीदवार वंडदे हुंदे आ हुण जाली जाली सर्वे तो गल अगे चलेगी हुण उहनां नूं लग्गिया कि जे यकीन दिवाउणा है तां पहली तां गल है वी जिहड़े इंटैलीजेंस दा सर्वे अपने फोनां ते दिंदे पए आ ਉਹ ਇੰਨੀ ਗੱਲ ਮੰਨਦੇ ਪਏ ਆ ਵੀ ਸਰਕਾਰ ਸਰਕਾਰ ਜਿਹੜੀ ਆ ਕਨਸਰਨਡ ਆ ਵੀ ਸਰਕਾਰ ਲੱਗੀ ਹੋਈ ਹਿਸਾਬ ਤਾਂ ਲਾਉਣ ਸਰਕਾਰ ਨੂੰ ਕੀ ਲੋੜ ਆ ਪਰ ਇਸ ਤੇ ਉਹ ਕਹਿੰਦੇ ਆ ਕਿ ਰਿਪੋਰਟ ਸਹੀ ਆ ਤੇ ਫਿਰ ਸਰਕਾਰ ਨੂੰ ਕੀ ਬਿਪਤਾ ਪਈ ਆ ਸਰਕਾਰ ਝੋਨਾ ਚੁੱਕੇ ਜ਼ਿਮੀਦਾਰ ਮੰਡੀਆਂ ਦੇ ਵਿੱਚ ਰੁਲਦਾ ਪਿਆ ਸਰਕਾਰ ਨੂੰ ਕੀ ਲੋੜ ਆ ਵੀ ਜਿਹੜੀ ਆ ਉਹ ਜਿਹੜੀ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਦਾ ਫਿਕਰ